ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸੁਖਵੀਰ ਸਿੰਘ ਬਾਦਲ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ 10 ਦਿਨ ਦਾ ਅਲਟੀਮੇਟਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਦੱਸਦੀ ਹੈ ਕਿ ਬਿੱਤੇ ਦਿਨ ਹੀ 1 ਨਵੰਬਰ ਨੂੰ ਹੋਈ ਮਹਾ ਡਿਬੇਟ ਵਿੱਚ ਜੋ ਨਹਿਰ ਨੂੰ ਲੈ ਕੇ ਐਸਵਾਈਐਲ ਨੂੰ ਨਹਿਰ ਨੂੰ ਲੈ ਕੇ ਜੋ ਵਿਵਾਦ ਖੜਾ ਹੋਇਆ ਜਾਂ ਉਸਤੇ ਵੱਖ-ਵੱਖ ਤਰੀਕੇ ਨਾਲ ਵਿਰੋਧੀਆਂ ਨੂੰ ਘੇਰਿਆ ਗਿਆ ਤਾਂ ਉਸੇ ਦੇ ਦੌਰਾਨ ਬਾਲਾਸਰ ਨਹਿਰ ਬਾਰੇ ਵੀ ਚਰਚਾ ਹੋਈ ਤਾਂ ਇਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਗੁੱਸੇ ਵਿੱਚ ਦਿਖਾਈ ਦੇ ਰਹੇ ਨੇ ਰੋ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਹੁਣ 10 ਦਿਨ ਦਾ ਅਲਟੀਮੇਟਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਹੈ ਤੇ ਵੱਡੇ ਐਕਸ਼ਨ ਦੀ ਤਿਆਰੀ ਚ ਦਿਖਾਈ ਦੇ ਰਹੇ ਨੇ ਸੁਖਵੀਰ ਸਿੰਘ ਬਾਦਲ ਤੇ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਥੇ ਉਹਨਾਂ ਨੇ ਸ਼ਬਦੀ ਹਮਲੇ ਕੀਤੇ ਨੇ ਤਾਂ ਹੁਣ ਕੋਰਟ ਦਾ ਰੁਖ ਕਰਨ ਦੀ ਵੀ ਤਿਆਰੀ ਕੀਤੀ ਆ ਤਾਂ ਐਲਾਨ ਕੀਤਾ ਕਿ ਜੇਕਰ 10 ਦਿਨ ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਉਸ ਤੇ ਉਹ ਸਿੱਧਾ ਹੁਣ ਕੋਰਟ ਦਾ ਰੁਖ ਕਰਨਗੇ ਤੇ ਡੈਫਾਮੇਸ਼ਨ ਕੇਸ ਮਾਨਹਾਨੀ ਦਾ ਕੇਸ ਆ ਜਿਹੜਾ ਉਹ ਸੀਐਮ ਮਾਨ ਭਗਵੰਤ ਮਾਨ ਤੇ ਕਰਨਗੇ ਤਾਂ ਇਸ ਦੇ ਚੱਲਦਿਆਂ ਹੁਣ ਵੱਡਾ ਜਿਹੜਾ ਐਲਾਨ ਕਰ ਦਿੱਤਾ ਗਿਆ ਤਾਂ ਉੱਥੇ ਹੀ ਗੱਲ ਕਰ ਲਈਏ ਕਿ ਜੋ 1 ਜਨਵਰੀ ਨੂੰ ਮਹਾ ਡਿਬੇਟ ਹੋਈ ਹੈ ਉਸ ਵਿੱਚ ਬਾਲਾ ਸਰਨਾਹਰ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਘੇਰਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਤੇ ਵੱਡੇ ਸ਼ਬਦੀ ਹਮਲੇ ਕੀਤੇ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਹਰਿਆਣੇ ਨਾਲ ਰਲ ਕੇ ਸਭ ਕੁਝ ਉਹਨਾਂ ਨੇ ਵੱਡੀਆਂ ਗੇਮਾਂ ਖੇਡੀਆਂ ਨੇ ਤਾਂ ਅਜਿਹੇ ਦੋਸ਼ ਹੈ ਜਿਹੜੇ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਜਾਂਦੇ ਆ ਤਾਂ ਉਸ ਨੂੰ ਲੈ ਕੇ ਹੁਣ ਰੋਹ ਵਿੱਚ ਦਿਖਾਈ ਦੇ ਰਹੇ ਨੇ ਸੁਖਵੀਰ ਸਿੰਘ ਬਾਦਲ ਤੇ ਵੱਡਾ ਐਲਾਨ ਕਰ ਦਿੱਤਾ ਹੈ ਸੁਖਵੀਰ ਸਿੰਘ ਬਾਦਲ ਨੇ ਤੇ ਹੁਣ ਕੋਰਟ ਜਾਣ ਦੀ ਤਿਆਰੀ ਕੀਤੀ ਹੈ ਪਹਿਲਾਂ ਹੁਣ ਤੁਸੀਂ ਸੁਖਵੀਰ ਸਿੰਘ ਬਾਦਲ ਦਾ ਇਹ ਐਲਾਨਨਾਮਾ ਸੁਣੋ ਦੋ ਦਿਨ ਪਹਿਲੇ ਲੁਧਿਆਣੇ ਵਿੱਚ ਪੰਜਾਬ ਦੇ ਨਲਾਇਕ ਨਖਿੱਧ ਨਕਮਾ ਜਾਲੀ ਮੁੱਖ ਮੰਤਰੀ ਭਗਵੰਤਬਾਨ ਨੇ ਇੱਕ ਡਰਾਮਾ ਰਚਿਆ ਜਿਸ ਦਾ ਨਾਂ ਡਿਬੇਟ ਦਿੱਤੀ ਗਈ ਉੱਥੇ कर्फ्यू ਲਾ ਦਿੱਤਾ ਗਿਆ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਸਾਨੂੰ ਪਤਾ ਸੀ ਇਹ ਡਰਾਮਾ ਹੈ ਇਸ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਹਦਾ ਬਾਈਕਾਟ ਕੀਤਾ ਉਹਦਾ ਮਤਲਬ ਕੀ ਸੀ ਕਿ ਮੈਂ ਐਨਾ ਝੂਠ ਬੋਲਾਂ ਕਿਉਂਕਿ ਇਹਨੇ মিডিਆ ਦੇ 30 ਕਰੋੜ ਰੁਪਏ ਖਰਚੇ ਸੀ ਸਾਰਾ ਲਾਈਵ ਆਪਣਾ ਦਿਖਾਉਣਾ ਚਾਹੁੰਦਾ ਸੀ ਤੇ ਕੱਲੇ ਆਪਣੀ ਸਪੀਚ ਦਿਖਾਉਣੀ ਸੀ ਉਹਨੇ ਤੇ ਬਾਕੀਆਂ ਨੂੰ ਕੱਟ ਕਰ ਦੇਣਾ ਸੀ ਮੈਂ ਕਹਿੰਦਾ ਐਸ ਜਿਹੜੇ ਡਰਾਮੇ ਵਿੱਚ ਭਗਵੰਤ ਮਾਨ ਨੇ ਰਿਕਾਰਡ ਹੀ ਤੋੜ ਦਿੱਤੇ ਭਗਵੰਤ ਬੇਈਮਾਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੁੱਖ ਮੰਤਰੀ ਦੇ ਮੂੰਹ ਚੋਂ ਇੱਕ ਇੱਕ ਗੱਲ ਨਿਕਲੀ ਮਤਲਬ ਹੈ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਪਿਛਲੇ ਪੌਣੇ 2 ਸਾਲਾਂ 'ਚ ਐਨੇ ਝੂਠ ਬੋਲਤੇ ਐਨੇ ਡਰਾਮੇ ਕਰਤੇ ਕਿ ਲੋਕਾਂ ਦਾ ਤੇਰੇ ਤੇ ਵਿਸ਼ਵਾਸ ਹੀ ਉੱਤਰ ਗਿਆ ਮੈਂ ਨਾ ਮੰਨ ਨਹੀਂ ਸੀ ਕਿ ਜਿਹੜੀਆਂ ਗੱਲਾਂ ਤੂੰ ਬਾਦਲ ਪਰਿਵਾਰ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ ਤੂੰ ਬੋਲੀਆਂ ਝੂਠ ਬੋਲੇ ਐ ਮੈਂ ਉਹਨਾਂ ਦਾ ਜਵਾਬ ਦੇਵਾਂ ਕਿਉਂਕਿ ਮੈਂ ਉਹ ਤੈਨੂੰ ਫਿੱਟ ਹੀ ਨਹੀਂ ਸਮਝਦਾ ਜਿਹੜਾ ਇੰਨਾ ਨਲਾਇਕ ਨਖਿੱਧ ਨਕਮਾ ਮੁੱਖ ਮੰਤਰੀ ਆ ਉਹਦਾ ਉਹਦਾ ਜਵਾਬ ਮੈਂ ਕਿਉਂ ਦੇਵਾਂ ਪਰ ਮੈਂ ਪੰਜਾਬ ਦੀ ਜਨਤਾ ਨੂੰ ਤੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਸੀ ਕਿੱਡਾ ਝੂਠਾ ਮੁੱਖ ਮੰਤਰੀ ਐ ਤਿੰਨ ਚਾਰ ਗੱਲਾਂ ਤੇ ਮੈਂ ਦਸੂng ਅਜਿਹੇ ਇਹਨਾਂ ਨੇ ਬਾਦਲ ਪਰਿਵਾਰ ਤੇ ਨਿਜੀ ਹਮਲੇ ਕੀਤੇ ਪਹਿਲਾ ਹਮਲਾ ਕੀਤਾ ਇਹਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਜ਼ਮੀਨ ਬਾਲਾਸਰ ਫਾਰਮ ਹੈ ਜਿੱਥੇ ਧਾਸ ਨਹਿਰ ਕੱਢੀ ਗਈ ਬਾਦਲ ਪਰਿਵਾਰ ਦੇ ਉਸ ਖੇਤ ਵਾਸਤੇ ਭਗਵੰਤਬਾਨ ਦੇਵੀ ਲਾਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ 1977 ਚ ਤੇ ਆ ਜਿਹੜੀ ਨਹਿਰ ਕੱਢੀ ਗਈ ਹੈ ਆ 1955 ਸ਼ੁਰੂ ਹੋਇਆ ਉਹਦਾ ਕੰਮ ਪਾਖੜਾ ਮੇਨ ਲਾਈਨ ਬਣਾਈ ਗਈ ਭਾਖੜਾ ਦੀ ਨਹਿਰ ਜਿਹੜੀ ਤੁਸੀਂ ਦੇਖਦੇ ਹੋ ਪੰਜਾਬ ਤੋਂ ਨਿਕਲਦੀ ਹੈ ਹਰਿਆਣਾ ਜਾਂਦੀ ਆ ਉਦੋਂ ਨਾ ਹਰਿਆਣਾ ਪੰਜਾਬ ਅਲੱਗ ਨਹੀਂ ਸੀ ਇੱਕ ਜੁਆਇੰਟ ਪੰਜਾਬ ਸੀ ਉਹ ਭਾਖੜਾ ਦੇ ਨਾਲ ਅੱਗੇ ਉਸ ਇਲਾਕੇ ਨੂੰ ਪਾਣੀ ਦੇਣ ਵਾਸਤੇ ਇੱਕ ਪੰਜੂਆਣਾ ਬ੍ਰਾਂਚ ਕੱਢੀ ਗਈ ਉਸ ਪੰਜੂਆਣਾ ਬ੍ਰਾਂਚ ਤੋਂ ਇੱਕ ਬਾਣੀ ਬ੍ਰਾਂਚ ਕੱਢੀ ਗਈ ਉਸ ਬਾਣੀ ਬ੍ਰਾਂਚ ਤੋਂ ਇੱਕ ਬਾਲਾ ਸਰ ਬ੍ਰਾਂਚ ਕੱਢੀ ਗਈ ਤੇ ਉਹ ਜਿਹੜੀ ਬਰਬਾਲਾ ਸਰ ਦੀ ਬ੍ਰਾਂਚ ਕੱਢੀ ਗਈ ਆ ਮੇਰੇ ਕੋਲ ਇਹ ਫਰਦਾਂ ਹੈ ਇੰਤਕਾਲ ਦੀ ਕਾਪੀ ਹੈ ਜਿਹੜੀ 1964 ਵਿੱਚ 12 3 1964 ਵਿੱਚ ਬਾਲਾਸਰ ਜਿਹੜੀ ਬ੍ਰਾਂਚ ਕੱਢੀ ਗਈ ਹੈ ਦੇਵਿਲਾ ਤਾਂ ਸਤਤਰ ਚ ਬਣਿਆ ਆ 1964 ਉਹਦੋਂ ਪੰਜਾਬ ਵੀ ਨਹੀਂ ਬਣਿਆ ਸੀ ਐਡਾ ਵੱਡਾ ਝੂਠ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਦਾ ਆ ਇਹ ਇਹ ਝੂਠ ਬੋਲਦੇ ਆ ਦੂਜੀ ਗੱਲ ਆ ਹੁਣ ਕਹੂਗਾ ਕਿ ਬਾਲਾਸਰ ਜ਼ਮੀਨ ਜਿਹੜੀ ਹੈ ਉਹ ਵੀ ਦੇਵਿਲਾਨ ਨੇ ਦਿੱਤੀ ਹੋਣੀ ਹੈ ਕਿਉਂਕਿ ਇਹਦਾ ਕੋਈ ਪਤਾ ਨਹੀਂ ਕਿਸ ਸਪੀਚ ਤੇ ਜਾ ਕੇ ਕੋਈ ਝੂਠ ਬੋਲ ਦੇ ਮੈਂ ਉਹ ਵੀ ਦੱਸਣਾ ਚਾਹਣਾ ਹੈ ਜਿਹੜੇ ਬਾਲਾਸਰ ਸਾਡੇ ਫਾਰਮ ਹੈ ਬਾਦਲ ਸਾਹਿਬ ਦੇ ਨਾਨਕਿਆਂ ਦਾ ਹਿੱਸਾ ਆਇਆ ਸੀ ਆਜ਼ਾਦੀ ਤੋਂ ਪਹਿਲੇ ਦੀ ਜ਼ਮੀਨ ਹੈ ਸਾਡੇ ਕੋਲੇ ਜਿਹਦੀ ਗੱਲ ਗੱਲ ਕਰ ਰਹੇ ਆ ਦੂਜਾ ਝੂਠ ਜਿਹੜੇ ਇਹਨੇ ਬੋਲਿਆ ਕਹਿਣ ਲੱਗਿਆ ਹਨ ਕਿ ਜੀ 62 ਪਰਮਿਟ ਮੈਂ ਬਾਦਲਾਂ ਦੇ ਕੈਨਸਲ ਕਰ ਦਿੱਤੇ ਬੜੇ ਇਲੀਗਲ ਸੀ ਉਹ ਵੀ ਝੂਠ ਹੈ ਇੱਕ ਵੀ ਪਰਮਿਟ ਕੈਨਸਲ ਨਹੀਂ ਹੋਇਆ ਹੋਇਆ ਕੀ ਹੈ ਐਕਸਟੈਂਸ਼ਨਾਂ ਜਿਹੜੀਆਂ 2 ਤੋਂ ਉੱਤੇ ਐਕਸਟੈਂਸ਼ਨਾਂ ਉਹ ਸਾਰਿਆਂ ਦੀ ਸੁਪਰੀਮ ਕੋਰਟ ਦੇ ਹੁਕਮ ਤੇ ਉੱਤੇ ਉਹ ਸਾਰਿਆਂ ਦੀ ਐਕਸਟੈਂਸ਼ਨਾਂ ਜਿਹੜੀ ਦਿੱਤੀਆਂ ਗਈ ਸੀ ਇੱਕ ਐਕਸਟੈਂਸ਼ਨ ਲਾਊਡ ਸੀ ਦੂਜੀ ਐਕਸਟੈਂਸ਼ਨ ਉੱਤੇ ਉਹ ਸਾਰਿਆਂ ਦੀ ਕਟੇਲ ਕੀਤੀਆਂ ਗਈਆਂ ਆ ਜਿਹੜਾ ਐਕਸਟੈਂਸ਼ਨਾਂ ਦਾ ਐਕਟ ਬਣਾਇਆ ਗਿਆ ਸੀ ਬਿਆਨ ਸਿੰਘ ਨੇ 1993 ਵਿੱਚ ਪਹਿਲੀ ਜਿਹੜੀ ਐਕਸਟੈਂਸ਼ਨ ਡਬਲ ਐਕਸਟੈਂਸ਼ਨ ਦਿੱਤੀ ਗਈ ਸੀ ਉਹ ਸੇਵਕ ਟਰਾਂਸਪੋਰਟ ਨੂੰ ਦਿੱਤੀ ਗਈ 1993 ਵਿੱਚ ਬਿਆਨ ਸਿੰਘ ਨੇ ਅੱਜ ਤਕਰੀਬਨ 30 ਸਾਲ ਹੋ ਗਏ 30 ਸਾਲਾਂ ਵਿੱਚ ਸਾਰੇ ਜਿੰਨੇ ਟਰਾਂਸਪੋਰਟਰ ਆ ਉਹਨਾਂ ਨੇ ਐਕਸਟੈਂਸ਼ਨ ਲੈਤੀਆਂ ਪੰਜਾਬ ਰੋਡਵੇਜ਼ ਨੇ ਵੀ ਐਕਸਟੈਂਸ਼ਨ ਲੈਤੀਆਂ ਤੇ ਪੀਆਰਟੀਸੀ ਨੇ ਵੀ ਡਬਲ ਐਕਸਟੈਂਸ਼ਨ ਲੈਤੀਆਂ ਭਗਵੰਤ ਮਾਨ ਜਿਹੜਾ ਤੂੰ ਕਹਿਣਾ ਬਾਦਲਾਂ ਦਾ ਕੀਤਾ ਰੋਡਵੇਜ਼ ਦੀ ਵੀ ਕੈਂਸਲ ਹੋਇਆ ਦਿਓ ਤੇ ਪੀਆਰਟੀਸੀ ਵੀ ਕੈਂਸਲ ਹੋਣਗੇ ਐਡੇ ਵੱਡੇ ਝੂਠ ਬੜਾ ਜੋਰ ਲਾ ਲਿਆ ਸੀ ਬਾਦਲਾਂ ਦੀ ਬੱਸਾਂ ਬੰਦ ਕਰਨੀਆਂ ਚੱਲ ਰਹੀਆਂ ਤੇਰੀਆਂ ਬੱਸਾਂ ਤੀਜੀ ਗੱਲ ਜਿਹੜੀ ਕਈ ਸਵਰਸ਼ ਪੀਚਾਂ ਚ ਕਰਦਾ ਹੁੰਦਾ ਹੈ ਕਿ ਚੌਧਰੀ ਦੇਵੀ ਲਾਲ ਨੇ ਬਾਦਲਾ ਨੂੰ ਜਿਹੜਾ ਹੋਟਲ ਗੜਗਾਓ ਹੈ ਉਹ ਦਿੱਤਾ ਐ ਐਸਐਲ ਨੇਰ ਦੇ ਬਦਲੇ ਮੈਂ ਪੁੱਛਣਾ ਚਾਹਣਾ ਹੈ ਇਤਿਹਾਸ ਪੜਿਆ ਤੂੰ ਬੋਲੋ ਤਾਂ ਪੜਿਆ ਕਿਤੇ ਕਿਤਾਬ ਪੜ੍ਹੀ ਹੈ ਕਿਦੋਂ ਐਸਐਲ ਬਣੀ ਕਿਹਨੇ ਬਣਾਈ ਕਿਦੋਂ ਸ਼ੁਰੂ ਹੋਈ ਮੈਂ ਉਹਦਾ ਤੁਹਾਨੂੰ ਵੇਰਵਾ ਦੇਣਾ ਚਾਹਣਾ ਹੈ ਐਸਐਲ 1976 ਵਿੱਚ ਗਿਆਨੀ ਜੈਲ ਸਿੰਘ ਨੇ ਉਦੋਂ ਪ੍ਰਿੰਸੀਪਲ ਅਪਰੂਵਲ ਦਿੱਤੀ 1976 ਵਿੱਚ ਤੇ 1989 ਮੈਂ ਅਪਲਾਈ ਕੀਤਾ ਸੀ ਹਰਿਆਣਾ ਗਵਰਨਮੈਂਟ ਨੂੰ ਉੱਥੇ ਕੋਈ ਇੰਡਸਟਰੀਅਲ ਪਾਲਿਸੀ ਦੇ ਤਹਿਤ ਕਿ ਮੈਨੂੰ ਇੰਡਸਟਰੀ ਇੱਕ ਐਂਡ ਹੋਟਲ ਬਣਾਉਣਾ ਹੈ ਮੈਂ ਗੜਗਾਓਂ ਚ ਇੰਡਸਟਰੀਅਲ ਪਾਲਿਸੀ ਉਦੋਂ ਸੀਗੀ ਇਹਨਾਂ ਦੀ ਉਹਦੇ ਅਪਲਾਈ ਕੀਤਾ ਆਹ ਲੋਟਮੈਂਟ ਲੈਟਰ ਹੈ 989 ਦੀ ਤੇ ਮੈਨੂੰ ਲੋਟ ਹੋਇਆ 89 ਤੇ 76 ਦਾ ਐਸਵਾਈਐਲ ਕਨਾਲ ਦਾ ਅਲੋਟਮੈਂਟ ਗਿਆਨੀ ਜੈਲਸਨ ਕੀਤੀ ਤੇ 82 ਵਿੱਚ 1982 ਵਿੱਚ ਐਸ ਅਲੋਟਮੈਂਟ ਤੋਂ ਤਕਰੀਬਨ 7 ਸਾਲ ਪਹਿਲੇ ਸਾਰ ਪ੍ਰਕਾਸ਼ ਸਿੰਘ ਬਾਦਲ ਨੇ ਕਪੂਰੀ ਮੋਰਚਾ ਲਾਇਆ ਐਸਐਲ ਬਨ ਨਹੀਂ ਦੇਣੀ ਉਸ ਮੋਰਚੇ ਤੇ ਉਹਨਾਂ ਨੂੰ ਜੇਲਾਂ ਭੇਜ ਦਿੱਤਾ ਗਿਆ ਤੇ ਆ ਸੁਪਰੀਮ ਕੋਰਟ ਚ ਦੇਵੀ ਲਲ ਗਏ ਕਿ ਬਾਦਲ ਸਾਹਿਬ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ ਸਾਡੀ ਨਹਿਰ ਬਨ ਨਹੀਂ ਦਿੰਦੇ ਉਹਦੇ ਬਾਅਦ ਬਾਦਲ ਸਾਹਿਬ ਗਏ 1979 ਦੇ ਵਿੱਚ ਬਾਦਲ ਸਾਹਿਬ ਗਏ ਸੁਪਰੀਮ ਕੋਰਟ ਕਿ ਜਿਹੜਾ 78 ਸੈਕਸ਼ਨ ਆ ਜਿਹੜਾ ਖਾਸ ਕਰਕੇ ਇੰਦਰਾ ਗਾਂਧੇ ਲਾਇਆ ਸੀ ਉਹਨੂੰ ਰੱਦ ਕੀਤਾ ਜਾਏ ਬਾਦਲ ਸਾਹਿਬ ਨਾਲ ਲੜਾਈ ਲੜ ਰਿਹਾ 82 ਵਿੱਚ ਮੋਰਚਾ ਲਾਤਾ ਨਹਿਰ ਬਾਨੀ ਦਿੱਤੀ ਤੇ 7 ਸਾਲ ਬਾਅਦ ਹਰਿਆਣਾ ਸਰਕਾਰ ਨੇ ਸਾਨੂੰ ਇਸ ਲਈ ਦਿੱਤਾ ਕਿ ਅਸੀਂ ਪਾਣੀ ਨਹੀਂ ਜਾਂ ਦੇ ਦਿੱਤਾ ਐਡੇ ਵੱਡੇ ਝੂਠ ਮੈਂ ਕੱਲ ਕੋਈ ਦੱਸ ਰਿਹਾ ਸੀ ਆ ਕਹਿ ਰਿਹਾ ਸੀ ਕਿ ਮੈਂ 50000 ਕਰੋੜ ਦਾ ਕਰਜ਼ਾ ਮੈਂ ਚੜਾਇਆ ਬਾਦਲਾ ਨੇ 1 ਲੱਖ ਕਰੋੜ ਦਾ ਕਰਜ਼ਾ ਚੜਾਇਆ ਤੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਭਗਵੰਤ ਮਾਨ ਬਾਦਲ ਸਾਹਿਬ ਰਹੇ 5 ਵਾਰ ਮੁੱਖ ਮੰਤਰੀ ਮਤਨੂੰ ਦੱਸਣਾ ਚਾਹਣਾ ਹੈ ਜਾਂ ਤੈਨੂੰ ਜਿਹੜੇ ਦੇ ਦਿਮਾਗ 'ਚ ਗੱਲ ਨਹੀਂ ਪੈਂਦੀ ਕੋਈ ਦਵਾਈ ਦੂ ਵੀ ਲੈ ਲੈ ਜੋ ਕੁਝ ਪੰਜਾਬ 'ਚ ਬਣਿਆ ਹੈ ਸਾਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਬਣਿਆ ਜਿੰਨੇ ਥਰਮਲ ਪਲਾਂਟ ਹੈ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਸਾਰੇ 에어ਪੋਰਟ ਬਾਦਲ ਸਾਹਿਬ ਨੇ ਬਣਾਇਆ ਆ ਥੋੜੀਆਂ ਪੱਕੀਆਂ ਮੰਡੀਆਂ ਬਾਦਲ ਸਾਹਿਬ ਨੇ ਬਣਾਇਆ ਐਮ ਐਸ ਵੀ ਲਈ ਆਉਣ ਵਾਲੇ ਬਾਦਲ ਸਾਹਿਬ ਆ ਟਿਊਬਲ ਦੇ ਬਿੱਲ ਮਾਫ ਕਰਨੇ ਬਾਦਲ ਸਾਹਿਬ ਆਟਾ ਦਾਲ ਦੇਣ ਵਾਲੇ ਬਾਦਲ ਸਾਹਿਬ ਹੈ ਜਿੰਨਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਈ ਹੈ ਹਾਈਵੇਜ਼ ਬਣੇ ਆ ਐਕਸਪ੍ਰੈਸਵੇਜ਼ ਬੜੀਆਂ ਸੜਕਾਂ ਬਣੀਆਂ ਸਾਰੀਆਂ ਹੀ ਬਾਦਲ ਸਾਹਿਬ ਦੀ ਸਰਕਾਰ ਤੋਂ ਬਣੀ ਐ ਇੱਕ ਨਿਸ਼ਾਨੀ ਕਾਂਗਰਸ ਦੀ ਨਹੀਂ ਤੇ ਇੱਕ ਨਿਸ਼ਾਨੀ ਤੇਰੀ ਨਹੀਂ ਐ ਇਸ ਕਰਕੇ ਮੈਂ ਅੱਜ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਭਗਵੰਤ ਮਾਨ 10 ਦਿਨ ਦਿੰਨਾ ਤੈਨੂੰ 10 ਦਿਨ ਦੇ ਅੰਦਰ ਜੋ ਜੋ ਝੂਠ ਬੋਲਿਆ ਹੈ ਬਾਲਾ ਸਾਹ ਫਾਰਮ ਤੇ ਕਿਨੈਰ ਕੱਟਣ ਵਾਸਤੇ ਜੇ 10 ਦਿਨਾਂ ਦੇ ਅੰਦਰ ਅੰਦਰ ਤੂੰ ਜਵਾਬ ਨਾ ਦਿੱਤਾ ਮਾਫੀ ਨਾ ਮੰਗੀ ਤੇ ਮੈਂ ਤੇਰੇ ਤੇ ਡਿਫਾਮੇਸ਼ਨ ਕੇਸ ਕਰੂੰਗਾ ਤੁਸੀਂ ਸੁਣਿਆ ਹੈ ਕਿ ਬਕਵਾਕ ਤਰੀਕੇ ਨਾਲ ਜਿੱਥੇ ਸ਼ਾਦੀ ਹਮਲੇ ਕੀਤੇ ਗਏ ਨੇ ਤੇ ਉੱਥੇ ਹੀ 10 ਦਿਨ ਦਾ ਅਲਟੀਮੇਟਮ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਹੈ ਤਾਂ ਦੱਸ ਦਈਏ ਕਿ ਪਹਿਲਾਂ ਵੀ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਦਾ ਕੇਸ ਹੈ ਜਿਹੜਾ ਵਿਕਰ ਮਜੀਠੀਆ ਵੱਲੋਂ ਪਾਇਆ ਜਾਂਦਾ ਹੈ ਅਤੇ ਵਿਕਰ ਮਜੀਠੀਆ ਜਿਵੇਂ ਹੀ ਕੋਰਟ ਵਿੱਚ ਪਹੁੰਚਦੇ ਆ ਤਾਂ ਇਸ ਮਾਮਲੇ ਨੂੰ ਲੈ ਕੇ ਤਾਂ ਕੇਜਰੀਵਾਲ ਵੱਲੋਂ ਵੱਲੋਂ ਜਿਹੜਾ ਮਾਫੀ ਮੰਗੀ ਜਾਂਦੀ ਹੈ ਕੋਰਟ ਵਿੱਚ ਤਾਂ ਇਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦੀ ਵੀ ਤਿਆਰੀ ਕੀਤੀ ਗਿਆ ਸ਼ਰਮਣੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦੀ ਤਿਆਰੀ ਕੀਤੀ ਹੈ ਤੇ 10 ਦਿਨ ਦਾ ਅਲਟੀਮੇਟਮ ਦਿੱਤਾ ਹੈ ਤਾਂ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਸ ਐਲਾਨ ਨਾਮੇ ਤੋਂ ਬਾਅਦ ਕੀ ਕੁਝ ਐਕਸ਼ਨ ਲੈਂਦੇ ਨੇ ਕੀ ਕੁਝ ਆਪਣਾ ਪ੍ਰਤੀਕਰਮ ਦਿੰਦੇ ਨੇ ਹੋਰ ਜਾਣਕਾਰੀ ਲਈ ਜੁੜੇ ਰਹੋ ਰਜਾਣਾ ਲੋਕਨਾ ਟੀਵੀ ਨਾਲ